ਸਤਿ ਸ਼੍ਰੀ ਅਕਾਲ ਜੀ, ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਤੁਹਾਡੇ ਨਾਲ ਜਿਵੇਂ ਕਿ ਪ੍ਰਿੰਟਡ ਸੂਟਸ 'ਤੇ ਜੋ ਅਸੀਂ ਵਰਕ ਕਰਦੇ ਹਾਂ ਸੋ ਸ਼ੇਅਰ ਕਰ ਰਹੇ ਹਾਂ, ਜਿਵੇਂ ਔਰਗੈਂਜ਼ਾ ਕੱਟ ਕੇ ਲਗਾਉਣੇ ਹੈਗੇ ਆ। ਔਰ ਇਹ ਸਾਨੂੰ ਸੇਮ ਸੂਟਸ 'ਤੇ ਕਾਫੀ ਆਰਡਰ ਸੀਗੇ ਜੀ, ਗ੍ਰੀਨ ਸੂਟ ਦੇ। ਔਰ ਇਹ ਜਿਹੜਾ ਸਟੋਕ ਆਊਟ ਹੋ ਚੁੱਕਿਆ, ਇਹ ਸਟੋਕ ਪਹਿਲਾਂ ਅਸੀਂ ਬਲੈਕ ਕਲਰ 'ਤੇ ਕਾਫੀ ਸੂਟਸ ਆ ਜਿਹੜੇ ਇਸ ਤਰ੍ਹਾਂ ਬਣਾਏ ਸੀ ਪ੍ਰਿੰਟਡ, ਸੋ ਬਲੈਕ ਆ ਜਿਹੜਾ ਅਸੀਂ ਦੁਬਾਰਾ ਮੰਗਵਾਇਆ ਹੈਗਾ ਤੁਹਾਡੀ ਡਿਮਾਂਡ 'ਤੇ। ਸੋ ਅੱਜ ਮੈਂ ਬਲੈਕ ਸਟਾਫ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਤੁਸੀਂ ਕਿਸ ਤਰ੍ਹਾਂ ਉਸ 'ਤੇ ਬਣਾ ਸਕਦੇ ਹੋ। ਔਰ ਇਹਨੂੰ ਪਲੇਨ 'ਤੇ ਔਰ ਪ੍ਰਿੰਟਡ 'ਤੇ ਜਿਵੇਂ ਕਾਫੀ ਪਸੰਦ ਕੀਤਾ ਸੀ ਸਾਰਿਆਂ ਵੱਲੋਂ, ਸੋ ਇਹ ਜਿਹੜਾ ਨੀਚੇ ਅਸੀਂ ਬਲੈਕ ਔਰਗੈਂਜ਼ਾ ਕੱਟ ਕੇ ਲਗਾਇਆ ਹੋਇਆ ਜੀ, ਉੱਪਰ ਵਰਕ ਕੇ ਹੋਇਆ ਹੋਇਆ, ਔਰ ਬੈਕ ਸਾਈਡ ਵੀ ਇਹਦੇ ਵਰਕ ਹੈ। ਔਰ ਇਹਦੇ ਪ੍ਰਿੰਟਡ ਸੂਟ ਹੈਗਾ ਜੀ ਇਹ, ਔਰ ਗਲੇ 'ਤੇ ਵੀ ਵਰਕ ਹੈ ਇਹਦੇ। ਔਰ ਇਹ ਇੱਕ ਪ੍ਰਿੰਟਡ ਸੂਟ ਦੇ ਨਾਲ ਨਾਲ ਇਹ ਬਹੁਤ ਹੀ ਡਿਫਰੈਂਟ ਜਿਹਾ ਸਟਾਈਲ ਬਣ ਜਾਂਦਾ ਜੀ ਜਦੋਂ ਤੁਸੀਂ ਇਹਦੇ 'ਤੇ ਵਰਕ ਕਰ ਦਿੰਦੇ ਹੋ। ਬਾਜ 'ਤੇ ਸਿਰਫ ਸਿੰਪਲ ਕੱਟ ਵਰਕ ਹੈ, ਔਰ ਨਾਲ ਦੀਆਂ ਅਸੀਂ ਲੇਸਿਸ ਦੇ ਕੇ ਇਹਨੂੰ ਫਿਨਿਸ਼ ਕੀਤਾ ਹੋਇਆ। ਔਰ ਦੁਪੱਟੇ 'ਤੇ ਆਲਰੇਡੀ ਇਹਦਾ ਜਿਹੜਾ ਦੁਪੱਟਾ ਹੈ ਗ੍ਰੀਨ ਸ਼ੇਡ ਦਾ, ਔਰ ਵਿੱਚ ਅਸੀਂ ਜਿਹੜੇ ਪੈਚਿਸ ਲਾਉਣੇ ਆ ਪ੍ਰਿੰਟ ਦੇ ਕੱਟ ਕੇ, ਮੈਂ ਕਾਫੀ ਲਾਸਟ ਵੀਡੀਓ ਦੇ ਵਿੱਚ ਸ਼ੇਅਰ ਕਰ ਚੁੱਕੀ ਹਾਂ ਕਿ ਕਿਸ ਤਰ੍ਹਾਂ ਅਸੀਂ ਇਹਦੇ ਨਾਲ ਦੁਪੱਟਾ ਫਿਨਿਸ਼ ਕਰਦੇ ਹਾਂ। ਸੋ ਅਸੀਂ ਪ੍ਰਿੰਟ ਨਾਲ ਦੇ ਫਲਾਰ ਦੇ ਵਿੱਚ ਕਲਰ ਦੇਈਦੇ ਆ ਤਾਂ ਜੋ ਇੱਕ ਅਲੱਗ ਜਾਂ ਨਾ ਲੱਗੇ, ਸੇਮ ਸਿਮਲਰ ਲੱਗਦਾ ਹੈਗਾ, ਉਹਦੇ ਨਾਲ ਜਿਹੜੀ ਰੋਇਲ ਲੁੱਕ ਆਉਂਦੀ ਹੈ। ਸੋ ਇਸ ਤਰ੍ਹਾਂ ਇਹਨੂੰ ਤਿਆਰ ਕੀਤਾ ਹੋਇਆ ਜੀ, ਔਰ ਇਹਦੀ ਬੋਟਮ 'ਤੇ ਵੀ ਅਸੀਂ ਵਰਕ ਕੀਤਾ ਹੋਇਆ ਪਹੁੰਚੇ 'ਤੇ, ਸਟਰੇਟ ਬੋਟਮ 'ਤੇ ਜਿਵੇਂ ਵਰਕ ਹੁੰਦਾ, ਸਿੰਪਲ ਨੀਚੇ ਕੱਟ ਵਰਕ ਦਿੱਤਾ ਹੋਇਆ। ਔਰ ਪਲੇਨ 'ਤੇ ਵੀ ਅਸੀਂ ਇਹਨੂੰ ਕਾਫੀ ਵਾਰ ਟਰਾਈ ਕੀਤਾ ਹੋਇਆ ਅਲੱਗ ਅਲੱਗ ਸ਼ੇਡਸ 'ਤੇ ਜਿਵੇਂ ਵੀ ਕਿਸੇ ਦਾ ਔਰਡਰ ਆਉਂਦਾ ਹੈਗਾ। ਸੋ ਮੈਂ ਤੁਹਾਡੇ ਨਾਲ ਪਲੇਨ ਵੀ ਸ਼ੇਅਰ ਕਰਦੀ ਹਾਂ। ਇਹ ਜਿਹੜਾ ਪਿੰਕ ਸੂਟ ਹੈਗਾ ਜੀ, ਬਿਲਕੁਲ ਲਾਈਟ ਪਿੰਕ ਸ਼ੇਡ ਹੈਗਾ, ਔਰ ਨੀਚੇ ਇਹਦੇ ਔਰਗੈਂਜ਼ਾ ਕੱਟ ਕੇ ਅਸੀਂ ਲਗਾਇਆ ਹੋਇਆ। ਔਰ ਬੈਕ 'ਤੇ ਵੀ ਇਹਦੇ ਸੇਮ ਹੈ ਜਿਹੜਾ ਵਰਕ ਕੀਤਾ ਹੋਇਆ, ਫਰੰਟ ਬੈਕ ਇਹਦੇ ਸੇਮ ਹੁੰਦੇ ਆ ਜੀ, ਔਰ ਬਾਜੂ 'ਤੇ ਸਿੰਪਲ ਕੱਟ ਵਰਕ ਹੈ। ਜੋ ਵੀ ਮੈਂ ਤੁਹਾਡੇ ਨੂੰ ਰੇਟ ਤੁਸੀਂ ਮੈਨੂੰ ਸਕਰੀਨਸ਼ੋਟ ਭੇਜ ਕੇ ਦਾ ਪੁੱਛਦੇ ਹੋ, ਸੋ ਮੈਂ ਉਸ ਵੀਡੀਓ ਦੇ ਅਕੋਰਡਿੰਗ ਹੀ ਜੋ ਵਰਕ ਹੋਇਆ ਹੋਇਆ ਹੁੰਦਾ ਉਸ ਤਰ੍ਹਾਂ ਦਾ ਹੀ ਜਿਹੜਾ ਰੇਟ ਆ ਤੁਹਾਨੂੰ ਮੈਂ ਦੱਸਦੀ ਹਾਂ। ਸੋ ਇਹ ਪਲੇਨ ਸੂਟ 'ਤੇ ਹੈ ਜੀ, ਔਰ ਇਹਦੇ ਗਲੇ 'ਤੇ ਇਸ ਤਰ੍ਹਾਂ ਐਮਬਰਾਇਡਰੀ ਹੋਈ ਹੋਈ ਹੈ। ਜ਼ਿਆਦਾਤਰ ਇਹ ਸਾਡੇ ਸੈਲਫ ਸੂਟਸ 'ਤੇ ਜਾਂ ਪ੍ਰਿੰਟਡ ਸੂਟਸ 'ਤੇ ਪਸੰਦ ਕੀਤਾ ਗਿਆ, ਔਰ ਤੁਸੀਂ ਕਿਸੇ ਵੀ ਆਪਣੀ ਚੋਇਸ ਦੇ ਅਕੋਰਡਿੰਗ ਕਿਵੇਂ ਵੀ ਬਣਾ ਸਕਦੇ ਹੋ। ਇਹ ਬੋਟਮ ਦਾ ਡਿਜ਼ਾਈਨ ਹੈਗਾ ਜੀ, ਇਹ ਦੇਖੋ ਸੈਂਟਰ 'ਚ ਫਲਾਰ ਆ ਜਾਂਦਾ। ਸੋ ਇਹ ਜਿਵੇਂ ਬਲੈਕ ਦੇ ਵਿੱਚ ਅਸੀਂ ਜੋਰਜਟ ਸਟੱਫ ਹੈਗਾ ਜੀ, ਇਸ 'ਤੇ ਵੀ ਤੁਸੀਂ ਸੇਮ ਜਿਹੜਾ ਬਣਾ ਸਕਦੇ ਹੋ। ਸੋ ਇਹ ਜਿਹੜਾ ਹੈਗਾ ਜੀ ਔਰਗੈਂਜ਼ਾ, ਬਹੁਤ ਹੀ ਪਿਆਰਾ ਜਿਹਾ ਡਿਜ਼ਾਇਨਿੰਗ ਹੈ ਇਹਦੇ ਵਿੱਚ, ਔਰਗੈਂਜ਼ਾ ਦੇ ਵਿੱਚ ਫਲਾਰ ਬਣੇ ਹੋਏ ਆ। ਸੋ ਤੁਸੀਂ ਇਹਦੇ 'ਤੇ ਵੀ ਸੇਮ ਹੈ ਜਿਹੜਾ ਡਿਜ਼ਾਇਨ ਆ ਆਪਾਂ ਸ਼ੇਅਰ ਕੀਤਾ ਹੋਇਆ ਇਹ ਬਣਾ ਸਕਦੇ ਹੋ, ਕਿਉਂਕਿ ਬਲੈਕ ਦੇ ਵਿੱਚ ਬਹੁਤ ਹੀ ਰਿਕੁਐਸਟ ਸੀ ਸਾਨੂੰ ਕਿ ਤੁਸੀਂ ਬਲੈਕ ਦੇ ਵਿੱਚ ਦੁਬਾਰਾ ਦਿਖਾਓ। ਸੋ ਇਹ ਵੀ ਜਿਹੜਾ ਪ੍ਰਿੰਟ ਹੈਗਾ ਜੀ, ਇਹ ਵੀ ਬਲੈਕ ਦੇ ਵਿੱਚ ਬਹੁਤ ਹੀ ਪਿਆਰਾ। ਸੋ ਜਿਵੇਂ ਕਿ ਔਰਗੈਂਜ਼ੇ ਸੂਟਾਂ ਦਾ ਜਿਹੜਾ ਕਲਰ ਹੈ ਟ੍ਰੈਂਡ ਹੈਗਾ ਕਾਫੀ ਆ ਰਿਹਾ, ਔਰ ਇਹਨੂੰ ਤੁਸੀਂ ਔਰਗੈਂਜ਼ਾ ਹੀ ਨੀਚੇ ਲਗਾ ਕੇ ਬਹੁਤ ਹੀ ਪਿਆਰਾ ਜਿਹਾ ਜਿਹੜੇ ਇਸ ਤਰ੍ਹਾਂ ਦੇ ਕਲਰਸ ਦਾ ਵਿੱਚ ਸ਼ੋ ਕਰਕੇ ਅਸੀਂ ਬਹੁਤ ਹੀ ਪਿਆਰਾ ਜਿਹਾ ਲੁੱਕ ਦੇ ਸਕਦੇ ਹਾਂ, ਸਟਾਈਲਿਸ਼ ਸੂਟਸ ਬਣਾ ਸਕਦੇ ਹਾਂ, ਕਿਉਂਕਿ ਪਲੇਨ ਆਲਰੇਡੀ ਅਸੀਂ ਵੀਅਰ ਕੀਤੇ ਹੋਏ ਹੁੰਦੇ ਆ। ਸੋ ਅਸੀਂ ਡਿਫਰੈਂਟ ਜੇ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਸੂਟਸ ਦੇ ਵਿੱਚੋਂ ਬਣਾ ਸਕਦੇ ਹੋ। ਔਰ ਇਹ ਵੀ ਬਲੈਕ ਦੇ ਵਿੱਚ ਲਾਈਟ ਪਰਪਲ ਕੰਬੀਨੇਸ਼ਨ ਹੈ ਜੀ, ਬਹੁਤ ਹੀ ਪਿਆਰਾ ਜਿਹਾ ਬਹੁਤ ਹੀ ਪਿਆਰੇ ਜਿਹੇ ਫਲਾਰ ਹੈ ਇਹਦੇ ਵਿੱਚ। ਸੋ ਇਹ ਲਾਈਟ ਪਰਪਲ ਅਤੇ ਬਲੈਕ ਦਾ ਬਹੁਤ ਹੀ ਬਿਊਟੀਫੁਲ ਜਿਹਾ ਕਲਰ ਕੰਬੀਨੇਸ਼ਨ ਹੈ। ਸੋ ਇਹਦੇ ਨਾਲ ਵੀ ਅਸੀਂ ਉਸੇ ਤਰ੍ਹਾਂ ਔਰਗੈਂਜ਼ਾ ਲਗਾ ਕੇ ਵਰਕ ਕਰ ਸਕਦੇ ਹਾਂ, ਤੁਸੀਂ ਔਰਡਰ ਕਰ ਸਕਦੇ ਹੋ, ਕਿਉਂਕਿ ਜਿਹੜੇ ਕਾਫੀ ਕਸਟਮਰ ਸੀ ਜਿਨ੍ਹਾਂ ਨੇ ਰਿਕੁਐਸਟ ਕੀਤੀ ਸੀ ਅਤੇ ਤੁਸੀਂ ਬਲੈਕ ਸੂਟ ਆਏ ਤਾਂ ਜ਼ਰੂਰ ਸ਼ੇਅਰ ਕਰੋ। ਸੋ ਮੈਨੂੰ ਉਸ ਤਰ੍ਹਾਂ ਯਾਦ ਨਹੀਂ ਰਹਿੰਦਾ ਕਿ ਕਿਸ ਨੇ ਪੁੱਛਿਆ ਸੀ, ਸੋ ਮੈਂ ਇਸੇ ਲਈ ਵੀਡੀਓ ਤੁਹਾਡੇ ਲਈ ਸ਼ੋਅ ਕਰ ਰਹੀ ਹਾਂ ਜੋ ਵੀ ਇਸ ਕੱਪੜੇ ਦੀ ਜੋ ਡਿਮਾਂਡ ਕਰ ਰਹੇ ਸੀ। ਔਰ ਇਹ ਵੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਜੀ, ਫਾਲਸਾ ਸ਼ੇਡ ਹੈ, ਔਰ ਵਿੱਚ ਹੈ ਜਿਹੜੀ ਬਟਰਫਲਾਈ ਬਣੀਆਂ ਹੋਈਆਂ। ਸੋ ਤੁਸੀਂ ਇਸ 'ਤੇ ਵੀ ਟਰਾਈ ਕਰ ਸਕਦੇ ਹੋ, ਜ਼ਰੂਰੀ ਨਹੀਂ ਹੈ, ਇਹਦੇ ਵਿੱਚ ਵੀ ਕਾਫੀ ਕਲਰ ਆਪਸ਼ਨ ਹੈ, ਤੁਸੀਂ ਕੋਈ ਵੀ ਆਪਸ਼ਨ ਹੈ ਜਿਹੜਾ ਲੈ ਸਕਦੇ ਹੋ। ਜਿਵੇਂ ਇਸ ਸ਼ੇਡ 'ਤੇ ਵੀ ਬਹੁਤ ਹੀ ਜ਼ਿਆਦਾ ਗ੍ਰੇਸ ਦੇਗਾ ਇਹ ਡਿਜ਼ਾਈਨ। ਸੋ ਇਹ ਹੈਗਾ ਜੀ, ਥੋੜ੍ਹਾ ਡਿਫਰੈਂਟ ਸਟੱਫ ਹੈ। ਸੋ ਅਸੀਂ ਜੋ ਵੀ ਬਲੈਕ ਦੇ ਵਿੱਚ ਸਾਨੂੰ ਮਿਲਿਆ ਹੈਗਾ
इस ते भी तुसी सेम जिहड़ा ब्लैक ऑर्गेंजा लगा के वर्क कर सकते हो। सो मैं तुहाडे नाल जिहड़े काफ़ी डिज़ाइन शेयर किए हैं जी ब्लैक दे, और तुसी ऑर्डर कर सकते हो। ये बहुत ही स्मूथ है जी स्टफ है जिहड़ा, ये जॉर्जेट दे विच है जी। सो तुसी कोई भी जिहड़ा डिज़ाइन है जी ट्राई कर सकते हो। सो इस डिज़ाइन की आपां गल कर रहे हैं, जिमें इस ते प्रिंटेड सूट्स ते डिज़ाइन आ जिहड़ा बहुत ग्रेस दिंदा, और लास्ट वीडियो दे विच भी मैं काफ़ी बार शेयर कर चुकी हूँ कि किस तरह यह डिज़ाइन आ जिहड़ा बनता है। सो तुसी इस तरह जिहड़े यह सूट्स आ जो भी मैं तुहाडे नाल शेयर किए बना सकते हो जी। सूट्स ऑर्डर करने लई 7589231377 वट्सएप नंबर पर जाके जी किसी भी सूट का स्क्रीनशॉट भेज के मैं मैसेज कर सकते हो। सो मैसेज की रिप्लाई का वेट करया करो, प्लीज़ कॉल्स ना करया करो, और कॉल सर तो अटेंड नहीं होंगे। सो जे थानू मैसेज के रिप्लाई दे विच कंप्लीट सूट दुपट्टे का जिहड़ा असी प्राइस दसते हैं, अगर तुसी नहीं दुपट्टा बनाउणा तां विदाउट दुपट्टे का दसते हैं। और कई बार हुंदा है कि कई कस्टमर हैगे आ जिहड़े बहुत ही ज़्यादा करन लग जांदे, अगर असी बा इस तरह भी ना कराइए, इस तरह भी ना कराइए। सो ये पॉसिबल नहीं हुंदा जी कि असी तुहानू दस सकीए, क्योंकि असी जदों कंप्लीट सूट बनता तां उहदा ही जिहड़ा रेट है, किन्ना टाइम लगता वो अकॉर्डिंग है जिहड़ा असीं रेट उहदा रखदे हैगे आ। सो ये पॉसिबल नहीं हुंदा जां तुसीं अगर तुसीं घट करवाउणा तां उहदा रेट असीं बाद दे विच ही दस सकदे हां तुहानूं वी ये सूट इन्ने च बणिआ जी। सो इसे तरह जी तुहाडे नाल आपां नवें नवें डिज़ाइन शेयर करते रहेंगे जी, और हैवी भी हल्के भी प्रिंटेड भी। सो बने रहो मेरे चैनल बी स्टाइलिश ते। वीडियो वॉच करने लई बहुत बहुत थैंक यू जी, बहुत सारा प्यार देने लई बहुत बहुत थैंक यू सो मच जी।